ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਿਲੌਰ ਅਧੀਨ ਆਉਂਦਾ ਗੰਨਾ ਪਿੰਡ ਨਸ਼ਿਆਂ ਕਾਰਨ ਪੂਰੇ ਪੰਜਾਬ ਵਿੱਚ ਮਸ਼ਹੂਰ ਹੈ। ਇਸੇ ਦੇ ਚੱਲਦਿਆਂ ਡੀਜੀਪੀ ਪੰਜਾਬ ਅਤੇ ਐਸਐਸਪੀ ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਤੇ ਡੀਐਸਪੀ ਫਿਲੌਰ ਜਗਦੀਸ਼ ਰਾਜ ਦੀ ਅਗਵਾਈ ਵਿੱਚ ਪੰਜਾਬ ਪੁਲਿਸ ਅਤੇ ਸੀਆਰਪੀ ਦੀ ਟੀਮ ਵੱਲੋਂ ਦਿਨ ਚੜ੍ਹਦੇ ਗੰਨਾ ਪਿੰਡ ਵਿਖੇ ਰੇਡ ਕੀਤੀ ਗਈ, ਜਦਕਿ ਇਸ ਰੇਡ ਤੋਂ ਪਹਿਲਾਂ ਹੀ ਪਿੰਡ ਦੇ ਨਸ਼ਾ ਤਸਕਰ ਆਪਣੇ ਘਰਾਂ ਨੂੰ ਜਿੰਦਰੇ ਲਗਾ ਕੇ ਫਰਾਰ ਹੋ ਚੁੱਕੇ ਸਨ। ਇਸ ਮੌਕੇ ਗੱਲਬਾਤ ਕਰਦੇ ਹੋਏ ਡੀਐਸਪੀ ਜਗਦੀਸ਼ ਰਾਜ ਨੇ ਦੱਸਿਆ ਕਿ ਡੀਜੀਪੀ ਪੰਜਾਬ ਅਤੇ ਐਸਐਸਪੀ ਜਲੰਧਰ ਦਿਹਾਤੀ ਵੱਲੋਂ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਵਿਰੁੱਧ ਮੁਹਿੰਮ ਚਲਾਈ ਗਈ ਹੈ, ਜਿਸ ਦੇ ਤਹਿਤ ਕਿਸੇ ਵੀ ਨਸ਼ਾ ਤਸਕਰ ਜਾਂ ਫਿਰ ਗੈਂਗਸਟਰ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਇਸ ਤਰ੍ਹਾਂ ਦੀ ਕਾਰਵਾਈ ਭਵਿੱਖ ਵਿੱਚ ਵੀ ਜਾਰੀ ਰਹੇਗੀ। ਡੀਐਸਪੀ ਜਗਦੀਸ਼ ਰਾਜ ਨੇ ਇਲਾਕਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਕੋਲ ਵੀ ਨਸ਼ਾ ਤਸਕਰ ਜਾਂ ਫਿਰ ਕਿਸੇ ਗੈਂਗਸਟਰ ਸੰਬੰਧੀ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਇਸਦੀ ਸੂਚਨਾ ਡੀਐਸਪੀ ਜਲੰਧਰ ਦਫ਼ਤਰ ਵਿਖੇ ਦੇ ਸਕਦਾ ਹੈ। ਉਹਨਾਂ ਕਿਹਾ ਕਿ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ। ਹਾਂਜੀ ਸਰ, ਕੱਲ੍ਹ ਤੁਸੀਂ ਸ਼ਾਮੀ ਗੰਨੇ ਪਿੰਡ ਰੇਡ ਕੀਤੀ, ਅੱਜ ਸਵੇਰੇ ਵੀ ਕੀਤੀ ਹੈ, ਕੀ ਸਰ ਸਾਰਾ ਮਾਮਲਾ? ਮਾਨਯੋਗ ਡੀਜੀਪੀ ਸਾਹਿਬ ਅਤੇ ਸਾਡੇ ਜ਼ਿਲ੍ਹੇ ਦੇ ਐਸਐਸਪੀ ਸਰਦਾਰ ਸਵਰਨਜੀਤ ਸਿੰਘ ਜੀ ਦੇ ਸਪਸ਼ਟ ਨਿਰਦੇਸ਼ ਨੇ ਕਿ ਜਿਹੜੇ ਡਰੱਗ ਮਾਫੀਆ ਜਿਹੜਾ ਇਹਨੂੰ ਬਿਲਕੁਲ ਖਤਮ ਕੀਤਾ ਜਾਵੇ। ਉਸੇ ਲੜੀ ਤਹਿਤ ਦਿਨ ਰਾਤ ਅਸੀਂ ਜਿਹੜੇ ਇੱਥੇ ਗੰਨਾ ਪਿੰਡ ਹਨ, ਜਿਹੜੇ ਦੂਜੇ ਇੱਕ ਦੋ ਪਿੰਡ ਹੋਰ ਜਿਹੜੇ ਬਦਨਾਮ ਨੇ, ਉੱਥੇ ਰੇਡ ਕਰ ਰਹੇ ਹਾਂ, ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰ ਰਹੇ ਹਾਂ। ਐਂਡ ਜਿਹੜੇ ਡਰੱਗ ਵੇਚਣ ਵਾਲੇ ਨੇ, ਇਹਨਾਂ ਨੂੰ ਅਸੀਂ ਸਪਸ਼ਟ ਇੱਕ ਸੰਦੇਸ਼ ਦੇ ਰਹੇ ਹਾਂ ਵੀ ਜਾਂ ਤਾਂ ਇਹ ਕੰਮ ਬੰਦ ਕਰ ਦਿਓ, ਨਹੀਂ ਤਾਂ ਕਿ ਤੁਹਾਨੂੰ ਕਿਸੇ ਵੀ ਹਾਲਤ ਵਿੱਚ ਨਹੀਂ ਬਖਸ਼ਿਆ ਜਾਵੇਗਾ। ਅਤੇ ਸਰ, ਜਿਹੜੀ ਉੱਥੇ ਰੇਡ ਕੀਤੀ ਹੈ ਉਹ 'ਚ ਕੁਛ ਬਰਾਮਦਗੀ ਵੀ ਹੋਈ ਹੈ ਕਿ ਨਹੀਂ ਜੀ? ਨਹੀਂ, ਅੱਜ ਜਿਹੜੀ ਸਵੇਰੇ ਮੋਰਨਿੰਗ ਰੇਡ ਹੋਈ ਉਹਦੇ ਵਿੱਚ ਬਰਾਮਦਗੀ ਕੋਈ ਨਹੀਂ ਹੋਈ, ਬਟ ਉਹਦੇ ਵਿੱਚ ਇਹ ਹੈ ਵੀ ਜਿੰਨੇ ਵੀ ਆਲੇ ਦੁਆਲੇ ਦੇ ਜਿੰਨੇ ਵੀ ਲੋਕ ਨੇ, ਉਹਨਾਂ ਨੂੰ ਬਹੁਤ ਮਤਲਬ ਇੱਕ ਐਪਰੀਸ਼ੀਏਸ਼ਨ ਮਿਲ ਰਹੀ ਹੈ ਕਿ ਪੁਲਿਸ ਜਿਹੜੀ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ। ਇੱਕ ਸਰ, ਜਦੋਂ ਉੱਥੇ ਮੁਲਾਜ਼ਮ ਆਪਣੇ ਰੇਡ ਕਰਨ ਜਾਂਦੇ ਆ, ਵੀ ਇੱਦਾਂ ਦੇਖਣ ਨੂੰ ਮਿਲਦਾ ਜ਼ਿਆਦਾ ਗਾੜ੍ਹ ਹੋਣ ਦੇ ਬਾਵਜੂਦ ਗੰਨੇ ਪਿੰਡ ਦੇ ਵਿੱਚ ਨਸ਼ੇ ਦਾ, ਪਰ ਉੱਥੇ ਜਦੋਂ ਰੇਡ ਕਰਨ ਜਾਂਦੇ ਆ ਕੋਈ ਹੱਥ ਕਿਉਂ ਨਹੀਂ ਆ ਰਿਹਾ ਸਰ? ਨਹੀਂ, ਬੇਸਿਕਲੀ ਦੇਖੋ, ਅਸੀਂ ਜਦੋਂ ਵੀ ਸਰਚ ਉੱਥੇ ਜਿੰਨੇ ਵੀ ਜਾਂਦੇ ਹਾਂ ਆਪਾਂ ਸਰਚ ਕਰਦੇ ਹਾਂ, ਤੁਸੀਂ ਦੇਖੋ ਨਾ ਪਿਛਲੀ ਵਾਰੀ ਜਦੋਂ ਉੱਥੇ ਰੇਡ ਹੋਇਆ ਤਾਂ ਉੱਥੇ ਕਾਫੀ ਪਰਚੇ ਰਜਿਸਟਰ ਕੀਤੇ ਸੀ। ਉੱਦਾਂ ਰੂਟੀਨ ਦੇ ਵਿੱਚ ਵੀ ਅਸੀਂ ਕਾਫੀ ਜਿਹੜੇ ਪਰਚੇ ਜਿਹੜੇ ਜਿਹੜੇ ਬੰਦੇ ਇਸ ਕੰਮ ਦੇ ਵਿੱਚ ਇਨਵੋਲਵ ਨੇ ਉਹਨਾਂ ਦੇ ਖਿਲਾਫ਼ ਅਸੀਂ ਪਰਚੇ ਵੀ ਰਜਿਸਟਰ ਕਰ ਰਹੇ ਹਾਂ, ਉਹਨਾਂ ਨੂੰ ਜੇਲ੍ਹ 'ਚ ਵੀ ਭੇਜਿਆ ਜਾ ਰਿਹਾ।